ਭਾਈਓ ਨਿੱਕੇ ਨਿੱਕੇ ਜੁਆਕ ਪਤਾ ਨਹੀਂ ਕੀ ਸਕੀਮਾ ਘੜੀ ਜਾ ਰਹੇ ਨੇ ਮਨ ਤਾਂ ਲੱਗਦਾ ਕੋਈ ਖੇਡ ਖੇਡਣ ਦੀ ਤਿਆਰੀ ਚ ਹੈ ਪਰ ਇਹੋ ਜੀ ਕਿਹੜੀ ਖੇਡ ਹੋਈ ਭਾਈ ਜਿਹਨੂੰ ਖੇਡਣ ਤੋਂ ਪਹਿਲਾਂ ਹੀ ਇਹਨਾਂ ਦੇ ਚਿਹਰਿਆਂ ਤੇ ਇੰਨਾ ਜਲਾਓ ਹੈ ਭਾਈ ਨਾਲੇ ਇੱਕ ਇੱਕ ਹੋਰ ਗੱਲ ਹੈ ਇਹ ਸਮਾਨ ਪਤਾ ਨਹੀਂ ਕੀ ਬੜਾ ਜੀਬੋ ਗਰੀਬ ਜਾ ਇਕੱਠਾ ਕਰ ਰਹੇ ਨੇ ਇਹ ਗੱਲ ਦੱਸਾ ਮਨ ਨੂੰ ਇਹ ਜੁਆਕ ਬੜੇ ਇਲਤੀ ਤੇ ਖਰੂਦੀ ਲੱਗਦੇ ਆ ਪਰ ਦੇਖਣਾ ਪੈਣਾ ਕੀ ਖੇਡਣ ਲੱਗੇ ਨੇ ਇਹ ਦੇਖੀਏ ਫਿਰ ਆਜੋ ਦੇ ਆ ਕੀ ਕਰਨ ਲੱਗੇ ਜੇ ਭਾਈ ਖੇਡ ਖੇੜੇ ਲੱਗੇ ਨੇ ਖੇਡ ਪਰ ਇਹ ਕਿਹੜੀ ਖੇਡ ਹੋਈ ਭਾਈ ਜੀ ਚ ਜੁੱਤੀਆਂ ਵਿੱਚ ਰੱਸੇ ਇਹ ਕੀ ਖੇਲ ਹੈ ਇਹ ਭਾਈ ਇਤਰਾ ਦੀ ਖੇਡ ਹੈ ਜੁੱਤੀਆਂ ਤੇ ਰੱਸਿਆਂ ਦੀ ਲੋਡ ਪੈਣੀ ਆ ਜੁੱਤੀਆਂ ਤੇ ਰੱਸਿਆਂ ਦੀ ਲੋਡ ਪੈਣੀ ਆ ਹਾਂਜੀ ਭਾਈ ਇਹ ਹੀ ਜਿਹੜੀ ਖੇਡ ਹੈ ਕੀ ਨਵਾਂ ਖੇਡਦਾ ਇਹਦਾ ਬੰਦਰ ਗਿੱਲਾ ਜੁੱਤੀਆਂ ਰੱਸੇ ਮਨਤਾ ਯਕੀਨ ਜਾਣੀ ਹੁੰਦਾ ਭਾਈ ਇਹ ਬੱਚੇ ਆ ਨਾ ਜਿਹੜੇ ਇਹ ਬੜੇ ਸ਼ਰਾਰਤੀ ਹੁੰਨੇ ਆ ਓ ਯਾਰ ਤੁਸੀਂ ਕੋਈ ਹੋਰ ਨਾਵੇਂ ਟਾਂਟਾ ਖੜਾ ਕਰ ਦਿਓ ਮਨ ਲਾਦਾ ਤੁਸੀਂ ਕੋਈ ਜੱਬ ਪਾਉਂਗੇ ਪੱਕੀ ਗੱਲ ਆ ਵੀ ਇਹ ਜੁੱਤੀਆਂ ਜਿਹੜੀਆਂ ਨੇ ਤੁਸੀਂ ਖੇਡ ਵਾਸਤੇ ਵਰਤਣੀਆਂ। ਹਾਂਜੀ। ਭਾਈ ਦੇਖੋ ਗੱਲ ਇਦਾਂ ਵੀ ਬੱਚੇ ਨੇ ਬੜੇ ਸ਼ਰਾਰਤੀ ਤੇ ਬੱਚਿਆਂ ਦੀ ਗੱਲ ਤੇ ਤਾਂ ਯਕੀਨ ਕਰਿਆ ਨਹੀਂ ਜਾ ਸਕਦਾ। ਸ਼ਰਾਰਤਾਂ ਅਸੀਂ ਵੀ ਬਹੁਤ ਕੀਤੀਆਂ। ਵੈਸੇ ਖੈਰ ਛੱਡੀਏ ਆਪਾਂ ਇਹਨਾਂ ਨੂੰ ਪੁੱਛੇ ਲਈਏ ਕਿ ਖੇਡ ਖੇਡੀ ਕਿਵੇਂ ਜਾਂਦੀ ਆ? ਕੌਣ ਦੱਸੂਗਾ? ਤੁਸੀਂ ਦੱਸੋ ਚਲੋ। ਅੱਛਾ ਇਹ ਖੇਡ ਕਿਵੇਂ ਖੇਡਦੇ ਹੋ ਮੰਦਰਗੀਲਾ? ਭਾਈ ਉਹਦੇ ਸਰਵਾਰੀ ਆਈ ਆ ਤੇ ਅਸੀਂ ਚੱਪੜਾ ਲੈ ਕੇ ਆਪਣੇ ਕੋਲ ਰੱਖ ਲੈਣੀਆਂ ਤੇ ਜਦੋਂ ਉਹਨੇ ਜਿਹੜੀ ਥਾਂ ਰੱਖੀ ਉਹ ਤੇ ਜਾ ਕੇ ਹੱਥ ਲਉਣਾ। ਤੇ ਫਿਰ ਅਸੀਂ ਇਹਦੇ ਚੱਪਲਾ ਮਾਰਨੀ ਨਹੀਂ ਚੱਪਲਾ ਤੁਸੀਂ ਆਪਣੇ ਕੋਲ ਕਿਵੇਂ ਰੱਖ ਲਓਗੇ ਚੱਪਲਾ ਤਾਂ ਵਿਚਾਲੇ ਰੱਖਿਆ ਵੀ ਹੈ ਨਹੀਂ ਖੋਲਣੀਆਂ ਇਹ ਥੱਲੇ ਪੈਰ ਮਾਰ ਮਾਰ ਕੇ ਪੈਰ ਮਾਰ ਮਾਰ ਕੇ ਖੋਲਣੀਆਂ ਤੇ ਜੇ ਸਾਰੀਆਂ ਖੋਲੀਆਂ ਫੇਰ ਫਿਰ ਇਹਨੇ ਭੱਜ ਜਾਣਾ ਫਿਰ ਇਹਦੇ 67 ਵਜਣੇ ਆ 67 ਵਜਣੇ ਆ ਠੀਕ ਹੈ ਜੀ ਕਹਿੰਦਾ ਇਹਨੇ ਭੱਜ ਜਾਣਾ ਤੇ ਇਹਦੇ ਵਜਣੇ 67 ਤੇ ਆਪਾਂ ਨੂੰ ਮੁੱਲਾ ਦਾ ਦੇਖਣਾ ਪਣਾ ਵੀ ਕਿਵੇਂ 67 ਵਾਦਦੇ ਆ ਤੇ ਕਿਵੇਂ ਭੱਜਦਾ ਇਹ ਬਈ ਬੱਚੇ ਤਾਂ ਬੜੇ ਸ਼ਰਾਰਤੀਆਂ ਇਹ ਹੈ ਤੇ ਬੱਚਿਆਂ ਦੀ ਗੱਲ ਤੇ ਮੈਨੂੰ ਤਾਂ ਭੋਰਾ ਵੀ ਯਕੀਨ ਨਹੀਂ ਕਿਉਂਕਿ ਸ਼ਰਾਰਤਾਂ ਸੀ ਬਹੁਤ ਕੀਤੀਆਂ ਆਪਾਂ ਐ ਕਰਦੇ ਆ ਕਿ ਕਿਸੇ ਹੋਰ ਨੂੰ ਪੁੱਛ ਲੈਣੇ ਆ ਵੀ ਇਹ ਖੇਡ ਕਿਵੇਂ ਖੇੜੀ ਜਾਂਦੀ ਹੈ ਇਹ ਉਹ ਬਾਈ ਜੀ ਜਾ ਰਹੇ ਨੇ ਉਹ ਬਾਈ ਜੀ ਗੱਲ ਸੁਣਿਓ ਜੀ ਇੱਕ ਮਿੰਟ ਬਾਈ ਜੀ ਅਸਿਕਾ ਬਾਈ ਜੀ ਅਸਿਕਾ ਜੀ ਕੀ ਹਾਲ ਨੇ ਬਾਈ ਜੀ ਵਧੀਆ ਤੁਹਾਡਾ ਕੀ ਨਾਂ ਹੈ ਜੀ ਮੇਰਾ ਨਾਮ ਸੁਖਰਾਜ ਸਿੰਘ ਮਾਲ ਹੈ ਜੀ ਅੱਛਾ ਭਾਈ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਬਾਂਦਰ ਕਿਲਾ ਖੇਡਿਆ ਕਦੇ ਹਾਂਜੀ ਹਾਂਜੀ ਵੇਖੋ ਜੀ ਬਾਂਦਰ ਕਿਲਾ ਦਾ ਸਾਡਾ ਇੱਕ ਖੂਨ ਦੇ ਵਿੱਚ ਰਚੀ ਹੋਈਆਂ ਪ੍ਰਾਤਨ ਖੇਡਾਂ ਨੇ ਬਾਂਦਰ ਕਿਲਾ ਇੱਕ ਬਹੁਤ ਹੀ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ ਜਿਹਦੇ ਵਿੱਚ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਉਹਨਾਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਮਾਨਸਿਕ ਵਿਕਾਸ ਵੀ ਹੁੰਦਾ ਜੀ ਅੱਛਾ ਭਾਜੀ ਤੁਸੀਂ ਐਂ ਕਰੋ ਸਾਡੇ ਪਹਿਲਾਂ ਪਿਆਰੇ ਦਰਸ਼ਕਾਂ ਨੂੰ ਇਹ ਦੱਸੋ ਕਿ ਬਾਂਦਰ ਕਿਲਾ ਖੇਡ ਹੈ ਕਿਵੇਂ ਖੇਡੀ ਜਾਂਦੀ ਹੈ ਇਹਦੇ ਬਾਰੇ ਥੋੜਾ ਡਿਟੇਲ ਚ ਜਾਣਕਾਰੀ ਦਿਓ ਜੀ ਇਹ ਵੇਖੋ ਜੀ ਜਿਹੜਾ ਬਾਂਦਰ ਕਿਲਾ ਹੈ ਬਹੁਤ ਹੀ ਹਰਮਨ ਪਿਆਰੀ ਖੇਡ ਆ ਇਹਦੇ ਵਿੱਚ ਕੋਈ 5-7 ਬੱਚੇ ਇਕੱਠੇ ਹੋ ਕੇ ਪੁੱਗਦੇ ਨੇ ਸਭ ਤੋਂ ਪਹਿਲਾਂ ਪੁੱਗਣ ਦੇ ਵੱਖ-ਵੱਖ ਤਰੀਕੇ ਨੇ ਕੁਝ ਬੱਚੇ ਇਸ ਤਰ੍ਹਾਂ ਹੱਥ ਰੱਖ ਕੇ ਪੁੱਗਦੇ ਨੇ ਕੁਝ ਬੱਚੇ ਠੀਕਰੀ ਗਿੱਲੀ ਕਰਕੇ ਤੇ ਗਿੱਲ ਜਾਂ ਸੁੱਕ ਕਰਕੇ ਪੁੱਗਦੇ ਨੇ ਗਿੱਲ ਜਾਂ ਸੁੱਕਾ ਸੀ ਵੀ ਗਿੱਲੀ ਜਾਂ ਸੁੱਕਰੇ ਕਰਦੇ ਸੀ ਹਾਂਜੀ ਗਿੱਲ ਜਾਂ ਸੁੱਕ ਕਰਕੇ ਪੁੱਗਦੇ ਨੇ ਪੁੱਗਣ ਤੋਂ ਬਾਅਦ ਵਿੱਚ ਫਿਰ ਇੱਕ ਬੱਚੇ ਦੀ ਵਾਰੀ ਆਉਂਦੀ ਆ ਉਹ ਉਸ ਦੀ ਬਾਂਦਰ ਬਣਦੀ ਵਾਰੀ ਆਉਂਦੀ ਆ ਫਿਰ ਉਹ ਬਾਂਦਰ ਬਣਦਾ ਵਾ ਬਾਂਦਰ ਬਣਾ ਕੇ ਉਸ ਨੂੰ ਇੱਕ ਕਿਲਾ ਘੜ ਦਿੱਤਾ ਜਾਂਦਾ ਵਾ ਜ਼ਮੀਨ ਦੇ ਵਿੱਚ ਉਹ ਕਿੱਲੇ ਦੇ ਨਾਲ ਇੱਕ ਰੱਸੀ ਬਨ ਕੇ ਉਹ ਬੱਚੇ ਨੂੰ ਰੱਸੀ ਪਕੜਾ ਦਿੱਤੀ ਜਾਂਦੀ ਆ अच्छा जी फिर वो बच्चा रस्सी ਫੜ ਕੇ ਘੇਰੇ ਘੇਰੇ ਘੁੰਮਦਾ ਵਾ ਉਹ ਕਿੱਲੇ ਦੇ ਨਾਲ ਬਹੁਤ ਸਾਰੀਆਂ ਬੱਚਿਆਂ ਨੇ ਆਪਣੀਆਂ ਆਪਣੀਆਂ ਚੱਪਲਾਂ ਲਾ ਕੇ ਰੱਖ ਦਿੱਤੀਆਂ ਜਾਂਦੀਆਂ ਵਾ ਉਹ ਸਾਰੇ ਬੱਚੇ ਕੋਸ਼ਿਸ਼ ਕਰਦੇ ਉਹ ਚੱਪਲਾਂ ਚੁੱਕਣ ਦੀ ਜਦੋਂ ਉਹ ਜਿਹੜਾ ਬੰਦਰ ਬਣਿਆ ਹੁੰਦਾ ਵਾ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਚੱਪਲਾਂ ਨੂੰ ਬਚਾਉਣ ਦੀ ਔਰ ਨਾਲ ਨਾਲ ਬਚਾਉਣ ਦੇ ਨਾਲ ਨਾਲ ਉਹਦੀ ਕੋਸ਼ਿਸ਼ ਹੁੰਦੀ ਹੈ ਕਿਸੇ ਬੱਚੇ ਨੂੰ ਟੱਚ ਕਰਨ ਦੀ ਫੜਨ ਦੀ ਕੋਸ਼ਿਸ਼ ਹੁੰਦੀ ਆ ਜੇ ਫੜਨ ਦੀ ਕੋਸ਼ਿਸ਼ ਕਿਉਂ ਕਰਦੇ ਨੇ ਜੀ ਜੇ ਤੇ ਉਹਨੇ ਕੋਸ਼ਿਸ਼ ਕਰੋ ਉਹਦੀ ਸਫਲ ਹੋ ਗਈ ਉਹਨੂੰ ਫੜਨ ਦੇ ਵਿੱਚ ਤਾਂ ਫਿਰ ਉਹਦੀ ਵਾਰੀ ਖਤਮ ਤੇ ਜਿਹੜਾ ਫੜਿਆ ਗਿਆ ਉਹਨੂੰ ਬਾਂਦਰ ਬਣਨਾ ਪਵੇਗਾ ਜੀ ਚਲੋ ਉਹ ਤਾਂ ਠੀਕ ਆ ਪਰ ਭਾਜੀ ਤੁਸੀਂ ਇਹ ਦੱਸੋ ਕਿ ਜੇ ਕਿਸੇ ਬੱਚੇ ਦਾ ਹੱਥ ਨਾ ਲੱਗੇ ਕਿਸੇ ਨੂੰ ਜਾਂ ਕੋਈ ਨਾ ਫੜਿਆ ਜਾਵੇ ਫੇਰ ਤੇ ਫਿਰ ਭਾਜੀ ਉਹ ਜਿਹੜੇ ਬੱਚੇ ਹੁੰਦੇ ਆ ਹੌਲੀ ਹੌਲੀ ਚੱਪਲਾਂ ਚੁੱਕਦੇ ਜਾਂਦੇ ਆ ਚੁੱਕਦੇ ਜਾਂਦੇ ਆ ਜੇ ਉਹ ਕਿਸੇ ਨੂੰ ਸ਼ੂ ਨਾ ਪਾਵੇ ਤਾਂ ਫਿਰ ਉਹਨੇ ਇੱਕ ਨਿਸ਼ਾਨਾ ਮਿਥਿਆ ਹੁੰਦਾ ਉਹਨਾਂ ਬੱਚਿਆਂ ਨੇ ਕਿ ਉਸ ਬੱਚੇ ਨੇ ਜਿਹੜਾ ਸਫਲ ਹੋ ਚੁੱਕਾ ਹੁੰਦਾ ਉਹਨਾਂ ਨੂੰ ਹੱਥ ਲਾਉਣ ਦੇ ਵਿੱਚ ਉਹਨੇ ਭੱਜ ਕੇ ਉਸ ਨਿਸ਼ਾਨੇ ਤੇ ਹੱਥ ਲਾਉਣਾ ਹੁੰਦਾ ਵਾ ਔਰ ਉਹਨਾਂ ਬੱਚਿਆਂ ਨੇ ਜਦੋਂ ਉਹਨੇ ਰੱਸੀ ਛੱਡ ਕੇ ਉਸ ਨਿਸ਼ਾਨੇ ਤੱਕ ਪਹੁੰਚਣਾ ਵਾ ਉਹਦੇ ਦਰਮਿਆਨ ਉਹਨਾਂ ਨੇ ਉਹਨੂੰ ਛਿੱਤਰ ਪ੍ਰੇੜ ਕਰਨੀ ਹੁੰਦੀ ਆ ਯਾਨੀ ਕਿ ਉਹਨਾਂ ਦੇ ਉਹਦੇ ਪਿੱਛੇ ਪਿੱਛੇ ਦੌੜ ਕੇ ਉਹਨੂੰ ਛਿੱਤਰ ਜਿਹੜੇ ਫੜੇ ਦੇਖ ਚੁੱਕੇ ਹੁੰਦੇ ਆ ਉਹ ਮਾਰਨੇ ਹੁੰਦੇ ਆ ਔਰ ਉਸ ਬੱਚੇ ਨੇ ਉੱਥੋਂ ਨਿਸ਼ਾਨੇ ਤੋਂ ਹੱਥ ਲਾ ਕੇ ਵਾਪਸ ਆਪਣੇ ਨਿਸ਼ਾਨੇ ਤੇ ਆਉਣਾੰਦਾ ਵਾ ਔਰ ਵਾਪਸ ਆ ਕੇ ਫਿਰ ਦੁਬਾਰਾ ਮੀਟੀ ਪੁੱਗਦੀ ਆ ਤੇ ਫਿਰ ਦੁਬਾਰਾ ਬਾਂਦਰ ਕਿਲੇ ਦੀ ਨਵੀਂ ਗੇਮ ਸ਼ੁਰੂ ਹੋ ਜਾਂਦੀ ਹੈ ਜੀ ਭਾਜੀ ਤੁਸੀਂ ਤਾਂ ਛੱਤਰ ਪ੍ਰੇਡ ਵਾਲੀ ਗੱਲ ਬੜੀ ਵਧੀਆ ਦੱਸੀ ਤੇ ਤੁਸੀਂ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਅੱਛਾ ਅੱਛਾ ਉਹ ਇਹਦਾ ਉਹ ਖੇਡ ਹੈ ਜਿਹੜਾ ਸਾਡਾ ਉਹ ਚੀਚੇ ਵਾਲਾ ਚਾਚਾ ਮੱਪਾ ਚਾਚਾ ਸਾਡਾ ਉਹ ਦੱਸਦਾ ਹੁੰਦਾ ਸੀ ਕਿ ਅਸੀਂ ਡੰਗਰ ਚਾਰਨ ਚਲੇ ਜਾਣਾ ਇੱਕ ਜਣੇ ਦੀ ਡਿਊਟੀ ਲਾ ਦੇਣੀ ਪਸ਼ੂ ਮੋੜਨ ਤੇ ਤੇ ਬਾਕੀਆਂ ਨੇ ਆਪਣੇ ਪਰਨੇ ਇਕੱਠੇ ਕਰਨੇ ਗੰਡ ਮਾਰਨੀ ਉਹਨਾਂ ਨੂੰ ਜਾ ਕੇ ਕਿਸੇ ਡੰਗਰ ਦੇ ਗਲ 'ਚ ਰਸਾ ਖੋਲ ਲੈਣਾ ਤੇ ਕਿਸੇ ਦਰਖਤ ਦੇ ਮੋਟੇ ਦੇ ਦਿਵਾਲੇ ਲਪੇਟਣਾ ਤੇ ਸਾਰਾ ਸਾਰਾ ਦਿਨ ਖੇਡੀ ਜਾਣਾ ਕੀ ਅਹੀ ਮੰਦਰਗੀਲਾ ਸਾਰਾ ਸਾਰਾ ਦਿਨ ਨਹਿਰ ਤੇ ਨਾਈ ਜਾਣਾ ਤੇ ਫੇਰ ਘਰੋਂ ਲਿਆਂਦੀ ਹੋਈ ਦੇਸੀ ਘਿਓ ਦੀ ਚੂਰੀ ਖਾਣੀ ਰਲ ਕੇ ਇਕੱਠਿਆਂ ਬਹਿ ਕੇ ਬੜੇ ਭਲੇ ਦਿਨ ਸੀ ਉਹ ਇਹ ਗੱਲ ਯਾਦ ਕਰਦੇ ਆ ਨਾ ਚਾਚੇ ਦੀ ਰੂਹ ਖੜ ਜਾਂਦੀ ਸੀ ਖੈਰ ਵੈਸੇ ਬੇਸਿਕਲੀ ਇਹ ਖੇਡ ਹੈ ਜਿਹੜੀ ਇਹ ਪਾਲੀਆਂ ਦੀ ਖੇਡ ਹੈ ਕਿਉਂਕਿ ਉਹ ਸਾਰਾ ਦਿਨ ਡੰਗਰ ਚਾਰਦੇ ਸੀ ਤੇ ਨਾਲ-ਨਾਲ ਆਪਣੀ ਇਹ ਖੇਡ ਖੇਡਦੇ ਸੀ ਕੁੜੀਆਂ ਦੀਆਂ ਖੇਡਾਂ 'ਚ ਜਿੱਥੇ ਸੂਖਮਤਾ ਕੋਮਲਤਾ ਨਾਜ਼ੁਕਤਾ ਤੇ ਨਾਲ ਸੰਗੀਤ ਹੈ ਉੱਥੇ ਮੁੰਡਿਆਂ ਦੀਆਂ ਖੇਡਾਂ 'ਚ ਚੋਰ ਜਮੈਸ਼ ਟੱਕੜ ਪਣਾ ਤੇ ਆਓ ਫਿਰ ਦੇਖੀਏ ਪੰਜਾਬ ਦੀ ਇਸ ਦੇਸੀ ਖੇਡ ਚ ਪੰਜਾਬੀ ਮੁੰਡੇ ਜੁੱਤੀਆਂ ਤੇ ਰੱਸਿਆਂ ਨਾਲ ਕੀ ਟੱਕੜ ਪਣਾ ਕਰ ਰਹੇ ਨੇ ਆਜੋ ਜੀ ਵਾਹ ਜੀ ਵਾਹ ਕੀ ਬਾਤ ਹੈ ਹੈ ਨਾ ਬਹੁਤ ਅਜੀਬ ਤੇ ਅਮੀਰ ਖੇਡ ਜਿੱਥੇ ਅੱਜ ਦੀ ਤਰੀਖ 'ਚ ਕਿਸੇ ਨੂੰ ਉਹ ਇਹ ਕਹਿ ਦਈਏ ਤੇ ਅਗਲਾ ਗਲ ਪੈਣ ਨੂੰ ਫਿਰਦਾ ਉੱਥੇ ਬੱਚੇ ਇੱਕ ਦੂਏ ਦੇ ਛੇਤਰਾਂ ਦੀ ਬਰਸਾਤ ਕਰਕੇ ਫੇਰ ਵੀ ਖੁਸ਼ੀਆਂ ਮਾਣ ਰਹੇ ਨੇ ਇਹਨੂੰ ਤਾਂ ਕਹਿੰਦੇ ਨੇ ਦੇਸੀ ਪਣਾ ਸਾਡੇ ਪੰਜਾਬ ਦਾ ਤੇ ਇਹ ਸੀ ਬੜੀ ਹੀ ਪਿਆਰੀ ਖੇਡ ਪੰਜਾਬ ਦੀ ਜੋ ਮੰਨੀ ਪਰਮੰਨੀ ਬਾਂਦਰ ਕਿਲਾ ਸੋ ਦੋਸਤੋ ਮੇਰੇ ਖਿਆਲ 'ਚ ਇੰਨੀ ਖੁਸ਼ੀ ਸਕੰਦਰ ਬਾਦਸ਼ਾਹ ਨੂੰ ਆਪਣੀ ਜਿੱਤਾਂ ਤੇ ਨਹੀਂ ਹੋਈ ਹੋਣੀ ਜਿੰਨੀ ਖੁਸ਼ੀ ਇਹ ਬੱਚੇ ਬਾਂਦਰ ਕਿਲਾ ਖੇਡ ਕੇ ਪ੍ਰਾਪਤ ਕਰ ਰਹੇ ਨੇ ਤੇ ਪਿਆਰੇ ਦੋਸਤੋ ਜਨਾਨਦ ਅਸੀਂ ਮਾਨਿਆ ਮੇਰੇ ਖਿਆਲ ਚ ਉਹਨਾਂ ਹੀ ਆਨੰਦ ਤੁਸੀਂ ਵੀ ਮਾਨਿਆ ਹੋਵੇਗਾ